ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਕਲਚਰ ਫੁਰਸਤ ਤੇ ਬਾਹਰ ਖੜੇ ਹਾਂ। ਇਹ ਉਹ ਥਾਂ ਹੈ ਸਿਟੀ ਦੀ ਜਿੱਥੇ ਲਾਈਵ ਸਮਾਲ ਸ਼ੋਅਸ ਜਾਂ ਡੈਮੋਸਟ੍ਰੇਸ਼ਨਸ ਵਗੈਰਾ ਹੁੰਦੇ ਨੇ ਸਿਟੀ ਦੇ ਵਿੱਚ। ਇਹ ਉਹ ਥਾਂ ਹੈ ਅਤੇ ਇਹਦੇ ਅੰਦਰ 'ਚ ਜਾਂਦੇ ਹਾਂ ਅਤੇ ਲਾਇਬ੍ਰੇਰੀ ਬਣੀ ਹੋਈ ਹੈ, ਥੀਏਟਰਸ ਬਣੇ ਹੋਏ ਆ, ਇੱਥੇ ਫਿਲਮ ਫੈਸਟੀਵਲ ਵੀ ਹੁੰਦਾ, ਕਾਫੀ ਸੋਹਣਾ, ਬਹੁਤ ਸੋਹਣਾ ਰੈਸਟੋਰੈਂਟ ਬਣਿਆ ਹੋਇਆ ਉੱਪਰ ਜਿੱਥੋਂ ਤੁਸੀਂ ਸਾਰਾ ਸਿਟੀ ਦੇਖ ਸਕਦੇ ਹੋ। ਔਰ ਲੈਫਟ ਹੈਂਡ ਸਾਈਡ ਵੱਲ, ਇਹ ਮੈਂ ਰਾਈਟ ਹੈਂਡ ਸਾਈਡ ਵੱਲ ਦੱਸ ਕੇ ਹਟੀ ਹਾਂ, ਹੁਣ ਲੈਫਟ ਹੈਂਡ ਸਾਈਡ ਵੱਲ ਕਾਫੀ ਦੁਕਾਨਾਂ ਨੇ ਫੇਮਸ, ਅਤੇ ਬਾਹਰ ਨਿਕਲ ਜਾਓਗੇ ਅਤੇ ਮਾਰਕੀਟ ਹੀ ਪੂਰੀ ਸ਼ੁਰੂ ਹੋ ਜਾਏਗੀ। ਆਪਾਂ ਇੱਥੇ ਕਿਉਂ ਆਏ ਹਾਂ? ਆਪਾਂ ਚੈੱਕ ਕਰਨ ਆਏ ਹਾਂ ਸਨਸਕ੍ਰੀਨ ਵਿੰਟਰ ਦੇ ਉੱਪਰ ਕਿਹੜੀ ਬੈਸਟ ਹੈ, ਕਿਉਂਕਿ 25 ਦਸੰਬਰ ਤੋਂ ਬਾਅਦ ਜਦੋਂ ਡਿਸਕਾਊਂਟ ਸ਼ੁਰੂ ਹੁੰਦਾ ਤਾਂ ਈਜ਼ੀ ਹੈ ਉਸ ਟਾਈਮ ਖਰੀਦਣਾ, ਕਿਉਂਕਿ ਉਸ ਟਾਈਮ ਰਸ਼ ਬਹੁਤ ਹੋਇਆ ਹੁੰਦਾ, ਵੀ ਤੁਸੀਂ ਰਿਸਰਚ ਉਸ ਟਾਈਮ ਨਹੀਂ ਕਰ ਸਕਦੇ, ਤਾਂ ਪਹਿਲਾਂ ਪ੍ਰਿਪੇਅਰ ਕਰਨਾ ਪੈਂਦਾ ਵੀ ਕਿਹੜੀ ਚੀਜ਼ ਤੁਸੀਂ ਖਰੀਦਣੀ ਅਤੇ ਜਾ ਕੇ ਉੱਥੇ ਔਨ ਦਾ ਸਪੋਟ ਖਰੀਦ ਸਕੋ। ਅਤੇ ਮੈਂ ਤੁਹਾਨੂੰ ਸਭ ਨੂੰ ਰਿਕੁਐਸਟ ਕਰਾਂਗੀ ਵੀ ਸਨਸਕ੍ਰੀਨ ਜ਼ਰੂਰ ਯੂਜ਼ ਕਰਿਆ ਕਰੋ, ਗਰਮੀਆਂ ਤਾਂ ਕਰਦੇ ਹੀ ਹੋ, ਸਰਦੀਆਂ 'ਚ ਵੀ ਯੂਜ਼ ਕਰਿਆ ਕਰੋ। ਬਾਕੀ ਡਿਪੈਂਡ ਕਰਦਾ ਤੁਸੀਂ ਕਿਹੜੇ ਏਰੀਏ 'ਚ ਰਹਿ ਰਹੇ ਹੋ। ਸਾਡੇ ਇੱਥੇ 50+ SPF ਚਾਹੀਦਾ ਹੁੰਦਾ, ਸਪੈਸ਼ਲੀ ਮੇਰੀ ਸਕਿਨ ਦੇ ਲਈ, ਅਤੇ ਮੇਰੀ ਸਕਿਨ ਤਾਂ ਡਬਲ ਡਰਾਈ ਹੁੰਦੀ। ਆਓ ਚਲੀਏ ਚੈੱਕ ਕਰੀਏ, ਚੱਲਦੇ ਹਾਂ। ਆਪਾਂ ਪਹੁੰਚ ਚੁੱਕੇ ਹਾਂ ਅਤੇ ਇਹ ਵੇ ਨੀਵੀਆ ਦਾ ਬ੍ਰਾਂਡ। ਨੀਵੀਆ ਦੇ ਵਿੱਚ ਦੇਖੋ 30, 30, 50, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀ ਹਾਂ ਵੀ ਮੈਂ 50 ਵਾਲਾ ਲੈਣਾ, 50 SPF ਲੈਣਾ, ਅਤੇ ਮੇਰੀ ਸਕਿਨ ਡਰਾਈ ਹੈ ਅਤੇ ਵਿੰਟਰ ਵਿੱਚ ਡਬਲ ਡਰਾਈ ਹੁੰਦੀ ਹੈ। ਉਸ ਹਿਸਾਬ ਨਾਲ ਵੀ ਆਪਾਂ ਦੇਖਣਾ ਵੀ ਕਿਹੜੀ ਬੈਸਟ ਰਹੇਗੀ, ਕਿਉਂਕਿ ਕਈ ਵਾਰੀ ਕੀ ਹੁੰਦਾ ਤੁਸੀਂ ਖਰੀਦ ਲੈਂਦੇ ਹੋ ਅਤੇ ਉਹਨੂੰ ਜਦੋਂ ਫੇਸ ਦੇ ਉੱਪਰ ਲਗਾਉਂਦੇ ਹੋ, ਡਰਾਈ ਸਕਿਨ ਦੇ ਉੱਪਰ ਜਦੋਂ ਵਿੰਟਰ ਦੇ ਉੱਪਰ ਲਗਾਉਂਦੇ ਹੋ ਤਾਂ ਉਹ ਪੂਰਾ ਵਾਈਟ ਵਾਈਟ ਤੁਹਾਡਾ ਫੇਸ ਅਲੱਗ ਤੋਂ ਚਮਕ ਰਿਹਾ ਹੁੰਦਾ। ਸੋ ਦੈਟਸ ਨੋਟ ਗੁੱਡ। ਆਪਾਂ ਲੱਭਣੀ ਜਿਹੜੀ ਵੀ ਅਬਜ਼ਰਵ ਹੋ ਜਾਏ ਵਿੱਚ ਹੀ ਮਿਕਸ ਹੋ ਜਾਏ, ਅਤੇ ਮੇਕਅਪ ਮੈਂ ਬਿਲਕੁਲ ਨਹੀਂ ਕਰਦੀ ਹਾਂ ਨੋਰਮਲ, ਅਤੇ ਉਹ ਫਿਰ ਬੇਸ ਬਣਾਉਣ ਦੀ ਲੋੜ ਨਹੀਂ ਮੈਨੂੰ, ਠੀਕ ਹੈ। ਅਤੇ ਹੁਣ ਇਹਦੇ 'ਚ ਮੈਂ 50 ਦੇਖੀ ਹੈ, ਇਹਨੂੰ ਬਾਅਦ 'ਚ ਮੈਂ ਰਿਵਿਊ ਲੈ ਕੇ ਦੇਖਾਂਗੀ, ਲਗਾ ਕੇ ਦੇਖਾਂਗੀ ਵੀ ਕਿਹੋ ਜਿਹੀ ਬੈਸਟ ਹੈ। ਆਪਾਂ ਹੋਰ ਦੁਕਾਨ ਹੋਰ ਪੁਆਇੰਟਸ ਵੀ ਚੈੱਕ ਕਰਦੇ ਹਾਂ ਵੀ ਹੋਰ ਕਿਹੜੇ ਨੇ ਬ੍ਰਾਂਡ ਇਹਨਾਂ ਦੇ ਕੋਲ। ਇਹ ਵੇ ਗ੍ਰਾਨੀਅਰ ਦਾ ਬ੍ਰਾਂਡ। ਇਹ ਜੇ ਤੁਸੀਂ ਗੂਗਲ 'ਚ ਟੋਪ 10 ਸ਼ੁਰੂ ਦੇਖੋਗੇ, ਚੈੱਕ ਕਰੋਗੇ ਵੀ ਕਿਹੜੀਆਂ ਬੈਸਟ ਨੇ, ਅਤੇ ਇਹ ਵਾਲੀ ਆਉਂਦੀ ਹੈ, ਇਹਨੂੰ ਆਪਾਂ ਚੈੱਕ ਕਰਾਂਗੇ। ਇਹਦੇ ਵਿੱਚ BB ਕਰੀਮ ਵੀ ਹੈ, SPF 50, CC ਕਰੀਮ ਵੀ ਹੈ, ਪਰ ਮੈਂ ਯੂਜ਼ ਨਹੀਂ ਕਰਦੀ ਨਾ BB ਨਾ CC, ਸੋ ਮੇਰੇ ਲਈ ਪ੍ਰੋਬਲਮ ਹੈ। ਬਟ ਫਿਰ ਵੀ ਮੈਂ ਟਰਾਈ ਕਰਕੇ ਦੇਖਾਂਗੀ, ਬਟ ਆਈ ਡੋਂਟ ਲਾਈਕ, ਮੈਨੂੰ ਪਸੰਦ ਨਹੀਂ, ਮੈਨੂੰ ਸਿੰਪਲ ਪਸੰਦ ਹੈ SPF 50। ਬਟ ਆਪਾਂ ਚੈੱਕ ਕਰ ਲਾਂਗੇ ਵੀ ਕਿਸ ਤਰ੍ਹਾਂ ਦਾ ਹੈ, ਸ਼ਾਇਦ ਕਿਸੇ ਹੋਰ ਨੇ ਖਰੀਦਣਾ ਹੋਵੇ, ਟਰਾਈ ਲੈਣ ਲਈ ਆਪਾਂ ਦੇਖ ਲਾਂਗੇ। ਹੋਰ ਵੀ ਕਈ ਬ੍ਰਾਂਡ ਨੇ, ਅਤੇ ਇੱਕ ਆਹ ਵਾਲਾ ਦੇਖਿਆ ਆਪਾਂ, ਇਹਦੇ 'ਚ 20, 20, 30, ਮੈਨੂੰ 50 ਚਾਹੀਦਾ, 50 ਚਾਹੀਦਾ, ਆਹ 50 ਦੇਖਿਆ, ਪਰ ਇਹ ਦੂਸਰਾ ਬ੍ਰਾਂਡ ਹੈ। ਇਸ ਬ੍ਰਾਂਡ ਦਾ ਮੈਂ ਟੋਇਲੇਟਰੀ ਪਰਫਿਊਮ ਦੀ ਸਟਿਕਸ ਜਿਹੜੀ ਮਿਲਦੀਆਂ ਨਾ, ਉਹ ਮੈਂ ਯੂਜ਼ ਕਰਦੀ ਹੁੰਦੀ ਹਾਂ ਘਰ ਦੇ ਵਿੱਚ, ਮੈਂ ਤਾਂ ਕਦੀ ਵੀ ਇਹ ਸਭ ਚੀਜ਼ਾਂ ਯੂਜ਼ ਨਹੀਂ ਕੀਤੀਆਂ। ਸੋ ਲੈਟਸ ਸੀ, ਪਰ ਇਹਦਾ ਸੀਲਡ ਹੈ ਸਾਰਾ ਕੁਛ, ਜੇ ਮੈਂ ਟਰਾਇਲ ਲਈ ਕੁਛ ਦਿਖ ਗਿਆ ਤਾਂ ਮੈਂ ਤਾਂ ਟਰਾਈ ਕਰਕੇ ਦੇਖਾਂਗੀ, ਕਿਉਂਕਿ ਇਹ ਬ੍ਰਾਂਡ ਬਹੁਤ ਵਧੀਆ। ਬਟ ਪਤਾ ਨਹੀਂ, ਪ੍ਰਾਈਜ਼ ਵੀ ਠੀਕ ਹੈ ਵੀ ਪੋਕਿਟ ਫਰੈਂਡਲੀ ਹੈ, ਬਟ ਚਲੋ ਦੇਖਦੇ ਹਾਂ ਅੱਗੇ ਹੋਰ ਕਿਹੜੀ ਵਰਾਇਟੀ ਹੈ। ਇਹ ਵਾਲਾ ਜਿਹੜਾ ਬ੍ਰਾਂਡ ਹੈ, ਇਹ ਕਾਫੀ ਹਾਈ ਕੁਆਲਿਟੀ ਦਾ ਬ੍ਰਾਂਡ ਹੈ, ਬਹੁਤ ਹਾਈ ਕੁਆਲਿਟੀ ਦਾ, ਅਤੇ ਇਹਦੀ ਜੋ ਦਿਖਾ ਰਹੇ ਨੇ BB, CC ਔਰ SPF, ਤਿੰਨੋਂ ਅਲੱਗ ਅਲੱਗ 50 ਦੇ ਵਿੱਚ, ਪਰ ਇਹਦਾ ਪ੍ਰਾਈਜ਼ ਬਹੁਤ ਜ਼ਿਆਦਾ 400+ ਹੈ। ਪਰ ਇੰਨਾ ਜ਼ਿਆਦਾ ਪ੍ਰਾਈਜ਼ SPF ਲਈ ਥੋੜ੍ਹਾ ਅਜੀਬ ਲੱਗਿਆ, ਬਟ ਮੇ ਬੀ ਸਮਥਿੰਗ ਗੁੱਡ, ਸ਼ਾਇਦ ਕੁਛ ਅੱਛਾ ਹੋਵੇ, ਆਪਾਂ ਟਰਾਈ ਕਰਕੇ ਦੇਖਦੇ ਹਾਂ। ਇਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹਦੀਆਂ ਹੁਣ ਸਾਰੀ ਪ੍ਰਾਈਜ਼ ਲਿਸਟ, ਹੁਣੇ ਦਿਖਾਉਂਦੀ ਹਾਂ ਮੈਂ ਤੁਹਾਨੂੰ, ਆਹ ਦੇਖੋ ਪ੍ਰਾਈਜ਼ ਲਿਸਟ ਸਾਰੀ 400 ਤੋਂ ਹੈ, ਯਾਨੀ ਕਿ ਇੰਡੀਅਨ ਕਰੰਸੀ ਵਿੱਚ 4.5-5 ਹਜ਼ਾਰ ਦੇ ਕਰੀਬ ਹੈ, ਸ਼ਾਇਦ ਕੁਛ ਹੋਏਗਾ ਖਾਸ ਇਹਦੇ 'ਚ, ਟਰਾਈ ਕਰਕੇ ਦੇਖਦੇ ਹਾਂ ਆਪਾਂ ਵੀ, ਕਿਉਂਕਿ ਇਹਦੀਆਂ ਮਿਲ ਰਹੀਆਂ ਨੇ ਟਰਾਇਲ ਕਰਨ ਨੂੰ, ਮੈਂ ਤੁਹਾਨੂੰ ਚੈੱਕ ਕਰਕੇ ਦਿਖਾਉਂਦੀ ਹਾਂ। ਪਰ ਥੋੜ੍ਹਾ ਪ੍ਰਾਈਜ਼ ਮੈਨੂੰ ਜ਼ਿਆਦਾ ਲੱਗ ਰਿਹਾ ਐਸ ਕੰਪੇਅਰ ਟੂ ਹੋਰ ਬ੍ਰਾਂਡ ਨਾਲ। ਆਹ ਮੈਂ ਚੁੱਕੀ ਹੁਣ, ਇਹ ਮੈਂ CC ਕਰੀਮ ਜੋ ਕਿ ਮੈਨੂੰ ਬਿਲਕੁਲ ਨਹੀਂ ਪਸੰਦ ਹੈ, ਬਿਲਕੁਲ ਨਹੀਂ ਪਸੰਦ, ਮੈਂ ਚੁੱਕੀ ਹੈ ਅਤੇ ਮੈਂ ਹੁਣ ਟਰਾਈ ਕਰਕੇ ਦੇਖ ਰਹੀ ਹਾਂ ਵੀ ਕਿਸ ਤਰ੍ਹਾਂ ਦੀ ਆਈ ਹੈ। ਕਰੀਮੀ ਹੈ, ਠੀਕ ਹੈ। ਪਤਾ ਨਹੀਂ ਕੈਮਰੇ 'ਚ ਕਲੀਅਰ ਨਹੀਂ ਆ ਰਿਹਾ, ਪਰ ਦਿਖ ਰਹੀ ਹੈ ਵਾਈਟ ਵਾਈਟ ਜਦੋਂ ਮੈਂ ਦੇਖ, ਅਤੇ ਸਮੈਲ ਇਹਦੀ ਬੜੀ ਗੰਦੀ ਸੀ, ਓਹੋ ਜਿਵੇਂ ਕੋਈ ਕੈਮੀਕਲ ਤੁਸੀਂ ਲਗਾ ਲਿਆ, ਨਹੀਂ।
ਹੁਣ ਆਪਾਂ ਗਾਰਨੀਅਰ ਦੇ ਵਿੱਚ ਐਂ ਜਿੱਦਾਂ ਕਿ ਤੁਹਾਨੂੰ ਮੈਂ ਦੱਸ ਕੇ ਹਟੀ ਸੀ ਇਹਨਾਂ ਦੇ ਬੀਬੀ ਕਰੀਮ ਵੀ ਹੈ ਸੀਸੀ ਵੀ ਹੈ ਅਤੇ ਮੈਂ ਬੀਬੀ ਚੁੱਕੀ ਹੈ ਕਿਉਂਕਿ ਸੀਸੀ ਬਹੁਤ ਹੈਵੀ ਹੋ ਜਾਂਦੀ ਮੇਰੇ ਖਿਆਲ ਨਾਲ ਅਤੇ ਮੈਂ ਬੀਬੀ ਦੇਖਣੀ ਹੈ ਇਹ ਕਿਹੋ ਜਿਹੀ ਹੁੰਦੀ ਹੈ ਕਿਉਂਕਿ ਮੈਂ ਕਦੀ ਯੂਜ਼ ਹੀ ਨਹੀਂ ਕੀਤੀ ਇਹ ਸਭ ਚੀਜ਼ਾਂ ਮੈਨੂੰ ਪਤਾ ਹੀ ਨਹੀਂ ਇਹਨਾਂ ਦੇ ਬਾਰੇ ਪਰ ਲੋਕ ਬਹੁਤ ਨੋਰਮਲੀ ਯੂਜ਼ ਕਰਦੇ ਨੇ ਇਹਨਾਂ ਨੂੰ ਬੀਬੀ ਕਰੀਮ ਮੈਂ ਬਹੁਤ ਲੋਕਾਂ ਦੇ ਮੂੰਹੋਂ ਸੁਣਿਆ ਵੀ ਅੱਛਾ ਹੁੰਦਾ ਯੂਜ਼ ਕਰਨਾ ਮੈਂ ਕਦੀ ਨਹੀਂ ਕੀਤਾ ਸੋ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ ਇੱਕ ਤਰ੍ਹਾਂ ਦਾ ਫਾਊਂਡੇਸ਼ਨ ਹੁੰਦਾ ਜੋ ਮੈਨੂੰ ਲੱਗਦਾ ਬਾਕੀ ਆਪਾਂ ਚੈੱਕ ਕਰਦੇ ਹਾਂ ਮੈਂ ਇਹ ਦੇਖੋ ਚੁੱਕੀ ਹੈ ਬੀਬੀ ਕਰੀਮ ਵੀ ਦੇਖਿਆ ਜਾਵੇ ਵੀ ਕੀ ਚੀਜ਼ ਹੈ ਆਪਣੀ ਸਕਿਨ ਟੋਨ ਦੇ ਹਿਸਾਬ ਨਾਲ ਮੈਂ ਚੁੱਕੀ ਹੈ ਜਿਹੜੀ ਮੇਰੀ ਸਕਿਨ ਦੇ ਨਾਲ ਮੈਚ ਕਰੇਗੀ ਅਤੇ ਲਗਾਇਆ ਹੁਣ ਮੈਨੂੰ ਮੈਂ ਹੱਥ ਕਲੀਨ ਕਰ ਚੁੱਕੀ ਸੀ ਪਹਿਲਾਂ ਦੁਬਾਰਾ ਲਗਾ ਕੇ ਹੁਣ ਦੇਖ ਰਹੀ ਹਾਂ ਇਹਨੂੰ ਨਹੀਂ ਮਜ਼ਾ ਨਹੀਂ ਆਇਆ ਹਾਂ ਪਰ ਜੇ ਤੁਹਾਡੇ ਕੋਈ ਤੁਸੀਂ ਦਾਗ ਛੁਪਾਉਣਾ ਸਪੋਟਸ ਛੁਪਾਉਣੇ ਤਾਂ ਬੈਸਟ ਰਹੇਗੀ ਮੇਰੇ ਖਿਆਲ ਨਾਲ ਇੱਕ ਹੋਰ ਹੈ ਜਿਹੜੀ ਕਿ ਸਿਰਫ ਤੁਹਾਡੇ ਸਪੋਟਸ ਵਗੈਰਾ ਨੇ ਉਹਨੂੰ ਛੁਪਾਉਣ ਲਈ ਇਹ ਮੈਂ ਦੂਜੀ ਚੁੱਕੀ ਹੈ ਜਿਹੜੀ ਕਹਿ ਰਹੇ ਨੇ ਐਕਸਟਰਾ ਐਕਸਟਰਾ ਮੋਇਸਚਰਾਈਜ਼ਰ ਹੈ ਦੋ ਮੈਂ ਕਿੰਨਾ ਰਗੜ ਰਹੀ ਵੀ ਸ਼ਾਇਦ ਅਬਜ਼ਰਵ ਹੋ ਜਾਵੇ ਅੰਦਰ ਪਰ ਨਹੀਂ ਬਹੁਤ ਵਾਈਟ ਵਾਈਟ ਜਿਹਾ ਦਿਖ ਰਿਹਾ ਜੋ ਕਿ ਮੈਨੂੰ ਨਹੀਂ ਪਸੰਦ ਆ ਜ਼ਿਆਦਾ ਵਾਈਟ ਵਾਈਟ ਤੁਹਾਡਾ ਫੇਸ ਅਲੱਗ ਤੋਂ ਚਮਕ ਰਿਹਾ ਹੋਵੇ ਨਹੀਂ 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 ਵੀਚੀ ਇਹ ਵੀ ਗੂਗਲ 'ਚ ਸਰਚ ਕਰੋਗੇ ਟੋਪ 10 ਦੇ ਵਿੱਚ ਇਹ ਆਉਂਦੀ ਹੈ ਇਹ ਰਿਹਾ 50+ ਸ਼ੋ ਹੋ ਰਹੀ ਹੈ ਇਹਨੂੰ ਮੈਂ ਟਰਾਈ ਕਰਨ ਲੱਗੀ ਹਾਂ ਇਹਦੀ ਕਾਫੀ ਵਰਾਇਟੀਜ਼ ਵਗੈਰਾ ਨੇ ਕਾਫੀ ਕੁਛ ਇਹਨਾਂ ਕੋਲ ਹੈ ਸਨਸਕ੍ਰੀਨ ਦੇ ਨਾਲ ਮੈਚ ਕਰਦਾ ਹੋਇਆ ਅਤੇ ਇਹ ਵਾਲਾ ਮੈਂ ਟਰਾਈ ਕਰਾਂਗੀ ਸ਼ੋ ਹੋ ਰਿਹਾ ਵੀ ਵਧੀਆ ਬਾਕੀ ਟਰਾਈ ਕਰੇ ਤਾਂ ਪਤਾ ਲੱਗੇਗਾ ਸੀਸੀ ਕਰੀਮ ਵੀ ਹੈ ਬਟ ਮੈਨੂੰ ਸੀਸੀ ਕਰੀਮ ਨਹੀਂ ਚਾਹੀਦੀ ਅੱਜ ਕੱਲ੍ਹ ਮਾਰਕੀਟ 'ਚ ਕਾਫੀ ਵਰਾਇਟੀ ਆ ਚੁੱਕੀ ਹੈ ਜੇ ਤੁਸੀਂ ਦੇਖਣ ਜਾਓ ਕਈ ਵਾਰੀ ਪਰਸਨ ਕਨਫਿਊਜ਼ ਹੋ ਜਾਂਦਾ ਵੀ ਕਿਹੜਾ ਬੈਸਟ ਹੈ ਤਾਂ ਕਿਹੜਾ ਨਹੀਂ ਹੈ ਉਸ ਟਾਈਮ ਸਮਝ ਨਹੀਂ ਆਉਂਦਾ ਇਸ ਲਈ ਪਹਿਲਾਂ ਥੋੜ੍ਹਾ ਨਾ ਆਪ ਚੈੱਕ ਕਰਨਾ ਪੈਂਦਾ ਰਿਸਰਚ ਕਰਨੀ ਪੈਂਦੀ ਹੈ ਫਿਰ ਤੁਸੀਂ ਜਾ ਕੇ ਖਰੀਦੋ ਤਾਂ ਬੈਸਟ ਰਹੇਗਾ ਇਹ ਮੇਰੀ ਐਡਵਾਈਸ ਹੈ ਨਾ ਕਿ ਸਿਰਫ ਜਾਓ ਔਰ ਪੜ੍ਹੋ ਔਰ ਖਰੀਦ ਲਓ ਨਹੀਂ ਹਮੇਸ਼ਾ ਪਹਿਲਾਂ ਰਿਸਰਚ ਕਰਕੇ ਦੇਖੋ ਦੇਖੋ ਕਾਫੀ ਕੁਛ ਹੈ 50 SPF 10 ਦੇ ਵਿੱਚ ਆਇਲ ਹੈ ਨਾ ਕੋਈ ਸੀਰਮ ਹੈ ਸੀਸੀ ਕਰੀਮ ਹੈ ਬੀਬੀ ਕਰੀਮ ਹੈ SPF ਵੀ ਹੈ ਔਰ ਡਿਪੈਂਡ ਕਰਦਾ ਤੁਹਾਡੀ ਸਕਿਨ ਕਿਹੋ ਜਿਹੀ ਟਾਈਪ ਕਿਉਂਕਿ ਮੈਂ ਤਾਂ ਡਰਾਈ ਦੇ ਅਕੋਰਡਿੰਗ ਲੈ ਰਹੀ ਹਾਂ ਹੁਣ ਮੈਂ ਟਰਾਈ ਕਰਨ ਲੱਗੀ ਹਾਂ ਵਾਲੀ ਹੱਥ ਮੈਂ ਕਲੀਨ ਕਰ ਚੁੱਕੀ ਸੀ ਪਹਿਲਾਂ ਹੀ ਬਹੁਤ ਕਰੀਮੀ ਸੀ ਜਦੋਂ ਮੈਂ ਲਗਾਇਆ ਨਾ ਇੱਕਦਮ ਮਰਜ ਹੋ ਗਿਆ ਬਿਲਕੁਲ ਨਹੀਂ ਫੀਲ ਹੋ ਰਿਹਾ ਸੀ ਕਿ ਕੁਛ ਵਾਈਟ ਵਾਈਟ ਹੈ ਜਾਂ ਸਟ੍ਰੈਚ ਹੈ ਔਰ ਸਮੈਲ ਔਸਮ ਸੀ ਪਰਫੈਕਟ ਹੈ ਇਹਦੇ 'ਤੇ ਮੈਂ ਨਿਗਾਹ ਰੱਖਾਂਗੀ ਇਹਨਾਂ ਨੇ ਤਾਂ 20% ਸ਼ੁਰੂ ਕਰਤਾ ਇਹ ਵੀ ਬ੍ਰਾਂਡ ਅੱਛਾ ਹੈ ਇਹ ਨੈਚੁਰਲ ਚੀਜ਼ਾਂ ਵਗੈਰਾ ਕਾਫੀ ਵੇਚਦੇ ਨੇ ਅਤੇ ਇਹ ਮੇਰਾ ਫੇਵਰੇਟ ਬ੍ਰਾਂਡ ਹੁਣ ਮੈਂ ਆਪਣੇ ਫੇਵਰੇਟ ਬ੍ਰਾਂਡ ਦੇ ਉੱਪਰ ਆ ਚੁੱਕੀ ਹਾਂ ਇਹ ਮੇਰੀ ਫੇਵਰੇਟ ਹੈ ਜਿਹੜੀ ਕਿ ਮੈਂ ਹਮੇਸ਼ਾ ਯੂਜ਼ ਕਰਤਾ ਮੈਂ ਥੰਮ ਇਹਨੂੰ ਟਰਾਈ ਕੀਤਾ ਹੀ ਨਹੀਂ ਕਿਤੇ ਬਿਨਾਂ ਹੀ ਕਹਿ ਰਹੀ ਹਾਂ ਹਾਂ ਵੀ ਪਰਫੈਕਟ ਹੈ ਕਿਉਂਕਿ ਇਹਨੂੰ ਮੈਂ ਯੂਜ਼ ਕਰਦੀ ਹਾਂ ਸੋ ਇਹਦੇ ਬਾਰੇ ਤਾਂ ਮੈਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਹੈ ਇਹਦਾ ਪ੍ਰਾਈਜ਼ ਵੀ ਠੀਕ ਹੈ ਹੁਣ ਮੈਂ ਇਹ ਤੁਹਾਨੂੰ ਆਪਣੇ ਘਰ ਦੇ ਵਿੱਚ ਜਿਹੜੀਆਂ ਮੈਂ ਖਰੀਦੀਆਂ ਹੋਈਆਂ ਨੇ ਉਹਨਾਂ ਦਾ ਰਿਵਿਊ ਦੇ ਰਹੀ ਹਾਂ ਇਹ ਦੇਖੋ ਕਿੰਨੀ ਵਾਟਰੀ ਹੈ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿਹੜਾ ਬ੍ਰਾਂਡ ਹੈ ਆਹ ਦੇਖੋ ਕਿੰਨੀ ਵਾਟਰੀ ਹੈ ਔਰ ਮੈਂ ਲਗਾ ਰਹੀ ਹਾਂ ਆਪਣੇ 1/3 ਪਾਰਟ ਆਪਣੇ ਹੱਥ 'ਤੇ ਲਗਾਇਆ ਦੇਖੋ ਕਿੰਨਾ ਵਾਈਟ ਵਾਈਟ ਸ਼ੋ ਹੋ ਰਿਹਾ ਔਰ ਇਹ ਜਿਹੜਾ ਬ੍ਰਾਂਡ ਤੁਹਾਨੂੰ ਮੈਂ ਦਿਖਾਵਾਂਗੀ ਇਹ ਬ੍ਰਾਂਡ ਬਹੁਤ ਵੱਡਾ ਬ੍ਰਾਂਡ ਹੈ ਦੂਸਰੀ ਮੈਂ ਚੁੱਕੀ ਹੈ ਇਹ ਸਨਸਪਰੇ ਹੈ ਬਾਇਓਥਰਮ ਦੀ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਮੇਰਾ ਫੇਵਰੇਟ ਬ੍ਰਾਂਡ ਹੈ ਜਿਹੜੀਆਂ ਸਾਈਡਾਂ 'ਚ ਦੋ ਪਈਆਂ ਨੇ ਇਹ ਦੋਨੋਂ ਮੈਂ ਰਿਜੈਕਟ ਕਰ ਚੁੱਕੀ ਹਾਂ ਕਿਉਂਕਿ ਦੋਨੋਂ ਵਾਈਟ ਇੰਨਾ ਸ਼ੋ ਕਰਦੇ ਨੇ ਤੁਹਾਡੇ ਫੇਸ ਨੂੰ ਜਦ ਤੱਕ ਤੁਸੀਂ ਮੋਇਸਚਰਾਈਜ਼ਰ ਐਡ ਨਾ ਕਰੋ ਕੁਛ ਐਡ ਨਾ ਕਰੋ ਸੋ ਮੈਂ ਦੋਨੋਂ ਨੂੰ ਯੂਜ਼ ਹੀ ਨਹੀਂ ਕਰ ਰਹੀ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਏਗਾ ਤੁਹਾਨੂੰ ਸਹੀ ਲੱਗ ਰਿਹਾ ਹੋਏਗਾ ਜੋ ਮੇਰੀ ਰਿਸਰਚ ਹੈ ਮੈਨੂੰ ਤਾਂ ਬਾਇਓਥਰਮ ਪਸੰਦ ਆਈ ਅਤੇ ਵਿੱਚ ਹੀ ਦਾ ਮੈਂ ਖਰੀਦਾਂਗੀ ਹੁਣ
जो मेरी डिस्काउंट आएगा, क्योंकि मैं रिव्यू किया, रिसर्च किया, तो मैंने वो पसंद आई है। हूँ चलिए घर नू, अपना ख्याल रखना, उम्मीद है तुहानू पसंद आया होएगा। जो भी तुसी कोई भी शॉपिंग करो किसी भी चीज़ के लिए, क्रीम या परफ्यूम या कोई चीज़, पहला उन्होंने रिसर्च कर लो, और स्पेशली हूँ नवंबर के मंथ रिसर्च कर लो, क्योंकि दिसंबर च काफ़ी डिस्काउंट आता बाहर की कंट्रिया, ब्लैक फ्राइडे आता या क्रिसमस तो बाद काफ़ी डिस्काउंट आना, तो खरीदना आसान रहेगा। पहला रिसर्च की होगी, तुहाड़ी लिस्ट बनी होएगी, तो तुहानू पता होगा भी किहड़ा प्राइस से तुहानू सस्ता मिल रहा है, तो खरीदना आसान रहेगा। अपना ख्याल रखना, टेक केयर, सत श्री अकाल।